ਭਾਰਤ ਦੀ ਸੁਪਰੀਮ ਕੋਰਟ ਵੱਲੋਂ 497 ਧਾਰਾ ਨੂੰ ਖਤਮ ਕੀਤਾ ਗਿਆ ਜਿਸ ਤਹਿਤ ਵਿਆਹ ਤੋਂ ਬਾਅਦ ਬਾਹਰਲੇ ਸਬੰਧਾਂ ਨੂੰ ਗੈਰ ਕਾਨੂੰਨੀ ਨਹੀਂ ਮੰਨਿਆ ਜਾਵੇਗਾ। ਅੱਜ ਲੁਧਿਆਣਾ ਵਿਖੇ ਸ਼ਾਹੀ ਇਮਾਮ ਵੱਲੋਂ ਇਸ ਮੁੱਦੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਆਖਿਆ ਕਿ ਭਾਰਤ ਦੇ ਵਿੱਚ ਕੋਈ ਵੀ ਧਰਮ ਵਿਆਹ ਤੋਂ ਬਾਅਦ ਬਾਹਰੀ ਸਬੰਧਾਂ ਨੂੰ ਮਨਜ਼ੂਰੀ ਨਹੀਂ ਦਿੰਦਾ। ਉਹਨਾਂ ਆਖਿਆ ਕਿ ਜਿਸ ਤਰ੍ਹਾਂ 3 ਤਲਾਕ ਦਾ ਮਾਮਲਾ ਭਾਰਤ ਦੀ ਸੰਸਦ ਦੇ ਵਿੱਚ ਵਿਚਾਰਿਆ ਗਿਆ ਸੀ ਅਤੇ ਇਸ ਸੰਬੰਧੀ ਫੈਸਲਾ ਕੀਤਾ ਗਿਆ ਸੀ, ਉਸੇ ਤਰ੍ਹਾਂ ਇਹ ਮਾਮਲਾ ਵੀ ਭਾਰਤ ਦੀ ਸੰਸਦ ਦੇ ਵਿੱਚ ਹੀ ਨਿਬੇੜਿਆ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਇਸ ਦੇ ਨਾਲ ਭਾਰਤ ਦੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਡੂੰਘੀ ਸੱਟ ਵੱਜੇਗੀ। ਅੱਜ ਦੀ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ, ਜਿਹੜੀ ਸੁਪਰੀਮ ਕੋਰਟ ਨੇ ਦਫ਼ਾ 497 ਦੇ ਤਹਿਤ ਇਹ ਫੈਸਲਾ ਕੀਤਾ ਗਿਆ ਹੈ ਕਿ ਵੀ ਕੋਈ ਵੀ ਮਰਦ ਕਿਸੇ ਵੀ ਔਰਤ ਦੇ ਨਾਲ ਸੰਬੰਧ ਰੱਖ ਸਕਦਾ ਹੈ, ਵੀ ਇਹ ਜਾਇਜ਼ ਹੈ, ਅਪਰਾਧ ਨਹੀਂ ਹੈ। ਤੋ ਇਹ ਜਿਹੜਾ ਫੈਸਲਾ ਹੈ ਬਿਲਕੁਲ ਗਲਤ ਹੈ। ਇੱਕ ਸ਼ਾਦੀਸ਼ੁਦਾ ਔਰਤ ਦੇ ਬਾਰੇ ਯਾਨੀ ਕਿ ਸੁਪਰੀਮ ਕੋਰਟ ਦਾ ਇਹ ਕਹਿਣਾ ਕਿ ਉਹ ਉਹਦੀ ਮਲਕੀਅਤ ਨਹੀਂ ਹੈ ਆਦਮੀ ਦੀ, ਇਹ ਸ਼ਾਦੀ ਇੱਕ ਬੰਧਨ ਹੈ, ਮੀਆਂ ਬੀਵੀ ਦੇ ਅੰਦਰ ਪਿਆਰ ਹੈ ਆਪਸ 'ਚ, ਔਰ ਇਸ ਪਿਆਰ ਦੇ ਵਿੱਚ ਅਗਰ ਕੋਈ ਤੀਸਰਾ ਆਦਮੀ ਸ਼ਾਮਿਲ ਹੋ ਜਾਏ ਤਾਂ ਘਰ ਜਿਹੜਾ ਹੈ ਉਹ ਦੋਜ਼ਖ ਬਣ ਜਾਂਦਾ। ਇਸ ਵਾਸਤੇ ਸੁਪਰੀਮ ਕੋਰਟ ਨੂੰ ਚਾਹੀਦਾ ਸੀ ਕਿ ਜਿੱਦਾਂ 3 ਤਲਾਕ ਦੇ ਮਸਲੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪਾਰਲੀਮੈਂਟ ਇਹਦੇ ਬਾਰੇ ਗੌਰ ਕਰੇਗੀ, ਇਸੀ ਤਰ੍ਹਾਂ ਇਸ ਮਸਲੇ ਬਾਰੇ ਵੀ ਉਹ ਪਾਰਲੀਮੈਂਟ ਨੂੰ ਕਹਿੰਦੇ ਕਿ ਵੀ ਪਾਰਲੀਮੈਂਟ ਇੱਥੇ ਗੌਰ ਕਰੇ ਔਰ ਕੋਈ ਫੈਸਲਾ ਕਰੇ। ਇਹ ਬਿਲਕੁਲ ਨਾਜਾਇਜ਼ ਹੈ, ਗਲਤ ਹੈ। ਔਰ ਇਸ ਮੁਲਕ ਦੇ ਵਿੱਚ ਜਿਹੜੇ ਹਿੰਦੂ ਮੁਸਲਮਾਨ ਸਿੱਖ ਹੈ ਉਹਨਾਂ ਦੇ ਜੋ ਮਜ਼ਹਬੀ ਜੋ ਲੋਕ ਹੈ ਉਹ ਕੋਈ ਵੀ ਮਜ਼ਹਬ ਇਜਾਜ਼ਤ ਨਹੀਂ ਦਿੰਦਾ ਕਿ ਮੀਆਂ ਬੀਵੀ ਔਰ ਉਹਦੀ ਬੀਵੀ ਜੋ ਹੈ ਕਿਸੇ ਗੈਰ ਮਰਦ ਦੇ ਨਾਲ ਬਾਹਰ ਜਾ ਕੇ ਤਾਲੁਕਾਤ ਕਰੇ। ਇਹ ਬਿਲਕੁਲ ਜਾਇਜ਼ ਨਹੀਂ ਹੈ ਔਰ ਇਹ ਬਿਲਕੁਲ ਯੂਰਪੀਅਨ ਸਟਾਈਲ ਦੇ ਤੌਰ 'ਤੇ ਇਸ ਮੁਲਕ ਦੇ ਅੰਦਰ ਇਹ ਕੰਮ ਕਰ ਰਹੇ। ਯੂਰਪ ਹਿੰਦੁਸਤਾਨ ਅੰਗਰੇਜ਼ਾਂ ਨੇ 70 ਸਾਲ ਤੱਕ ਅਸੀਂ ਗੁਜ਼ਰ ਗਏ ਹਾਂ, ਅਸੀਂ ਅੰਗਰੇਜ਼ੀ ਕਾਨੂੰਨ ਅੱਜ ਤੱਕ ਨਹੀਂ ਛੋੜਿਆ, ਅੰਗਰੇਜ਼ਾਂ ਦੇ ਪਿੱਛੇ ਪਏ ਹਾਂ। ਸਾਨੂੰ ਆਪਣੀ ਤਹਿਜ਼ੀਬ ਔਰ ਤਮੱਦਨ ਦੇਖਣਾ ਚਾਹੀਦਾ ਹੈ ਔਰ ਇਹ ਮੁਲਕ ਜਿਹੜੀ ਹੈ ਕਿਸੇ ਦੀ ਜਾਗੀਰ ਨਹੀਂ ਹੈ, ਸਾਰਿਆਂ ਨੇ ਉਹਨੂੰ ਆਜ਼ਾਦ ਕਰਾਇਆ ਹੈ। ਔਰ ਜੋ ਲੋਕ ਸਮਝਦੇ ਵੀ ਸਾਡਾ ਅਸੀਂ ਜਾਗੀਰ ਬਣਾ ਲਈ ਉਹ ਗਲਤ ਸਮਝਦੇ ਆ। ਹਮੇਸ਼ਾ ਬੜੇ ਬੜੇ ਲੋਕ ਆਏ, ਬੜੀ ਬੜੀ ਤਾਕਤਾਂ ਆਈਆਂ, ਸਭ ਖਤਮ ਹੋ ਗਈਆਂ, ਇੱਕ ਰੱਬ ਦਾ ਹੀ ਨਾਮ ਬਾਕੀ ਰਹਿਣਾ, ਸਭ ਕੁਝ ਖਤਮ ਹੋ ਜਾਣਾ। ਇਸ ਵਾਸਤੇ ਜਿਹੜੇ ਲੋਕਾਂ ਨੇ ਵੀ ਇਹ ਸਾਜਿਸ਼ ਕੀਤੀ ਹੈ ਇਹ ਬਹੁਤ ਬੜਾ ਯਾਨੀ ਕਿ ਮਾਸ਼ਰਾ ਖਰਾਬ ਹੋ ਜਾਏਗਾ ਔਰ ਬੱਚੇ ਜਿਹੜੇ ਹੈ ਉਹਨਾਂ ਦਾ ਇਹ ਪਤਾ ਨਹੀਂ ਲੱਗਣਾ ਕਿ ਇਹਨਾਂ ਦਾ ਬਾਪ ਕੌਣ ਹੈ। ਅਗਰ ਇੱਕ ਔਰਤ ਦੇ ਨਾਲ 10 ਬੰਦਿਆਂ ਦੇ ਸੰਬੰਧ ਹੋ ਗਏ ਔਰ ਪਤਾ ਨਹੀਂ ਕਿਸ ਦਾ ਔਲਾਦ, ਉਹਦੇ ਔਲਾਦ ਕਿਹਦੀ ਹੈ, ਤਾਂ ਪੂਰਾ ਮਾਸ਼ਰਾ ਖਰਾਬ ਹੋ ਜਾਏਗਾ। ਇਸ ਵਾਸਤੇ ਇਸ ਕਾਨੂੰਨ ਨੂੰ ਬਦਲਣ ਵਾਸਤੇ ਹਿੰਦੂ ਮਜ਼ਹਬ ਦੇ, ਸਿੱਖ ਮਜ਼ਹਬ ਦੇ, ਮੁਸਲਮਾਨ ਮਜ਼ਹਬ ਦੇ ਬੜੇ ਆਗੂ ਜਿਹੜੇ ਆ ਉਹ ਬਕਾਇਦਾ ਮਿਲ ਕੇ ਬੈਠਣ ਔਰ ਸਰਕਾਰ ਨੂੰ ਕਹਿਣ ਕਿ ਵੀ ਪਾਰਲੀਮੈਂਟ 'ਚ ਲਿਆ ਕੇ ਇਸ ਬਿੱਲ ਨੂੰ ਕੈਂਸਲ ਕੀਤਾ।